ਮੈਂ ਤਾਂ ਮੇਰੇ ਫਰੈਂਡ ਅੱਜ ਅਸੀਂ ਆਏ ਹੋਏ ਆ ਲਾਗੋ ਦੀ ਮੋਗੇ ਨੂੰ ਤੇ ਪਹਿਲੀ ਚੀਜ਼ ਅਸੀਂ ਇਹੀ ਸੋਚੀ ਆ ਕਿ ਇਹ ਪਾਣੀ ਆਂਦਾ ਕਿੱਥੋਂ ਆ ਇੰਨਾ ਸਾਫ ਤੇ ਉਹੀ ਝਰਨਾ ਦੇਖਣ ਆਇਆ ਸਾਰਾ ਪਾਣੀ ਜਿਹੜਾ ਆ ਪਹਾੜਾਂ ਤੋਂ ਆ ਰਿਹਾ ਆ ਤੇ ਤੁਹਾਨੂੰ ਲਾਗੋ ਦੀ ਮੋਗੇ ਨੂੰ ਦਿਖਾਉਂਦੇ ਆ ਹੁਣ ਲਾਗੋ ਦੀ ਮੋਲਵੇਨੋ ਇਹ ਜਿਹੜੀਆਂ ਬੋਟ ਸਾਤਾਂ ਨੂੰ ਰੈਂਟ 'ਤੇ ਮਿਲ ਜਾਂਦੀਆਂ ਅਤੇ ਇੱਕ ਘੰਟੇ ਦਾ ਖਰਚਾ ਇਹਨਾਂ ਦਾ 25 ਯੂਰੋ ਆ ਅਤੇ ਮੈਕਸੀਮਮ ਵਿੱਚ 6 ਜਣੇ ਬੈਠ ਸਕਦੇ ਆ। ਮੋਲਵੇਨੋ ਸਿਰਫ ਲਾਗੋ ਹੀ ਨਹੀਂ ਗੀ, ਇੱਥੇ ਫੁਨੇਵੀਆ ਵੀ ਹੈਗਾ, ਯਾਨੀ ਕਿ ਕੇਬਲ ਕਾਰ ਹੈਗੀ ਆ। ਕੇਬਲ ਕਾਰ ਵੀ 2 ਪਾਰਟਸ ਦੇ ਵਿੱਚ ਡਿਵਾਈਡ ਆ। ਪਹਿਲੇ ਸਟੋਪ 'ਤੇ ਜਾ ਕੇ ਤੁਸੀਂ ਬੱਚਿਆਂ ਲਈ ਯਾਨੀ ਕਿ ਗੇਮਸ ਵਗੈਰਾ ਬਣੀਆਂ ਹੋਈਆਂ, ਤੁਸੀਂ ਉੱਥੇ ਜਾ ਕੇ ਗਰਾਊਂਡ ਦੇ ਵਿੱਚ ਪਲੇ ਕਰ ਸਕਦੇ ਹੋ ਅਤੇ ਆਪ ਵੀ ਜੇ ਤੁਸੀਂ ਵਾਕ ਕਰਨਾ ਹੋਵੇ, ਵਾਕਿੰਗ ਏਰੀਆ ਬਣਿਆ ਹੋਇਆ, ਤੁਸੀਂ ਉੱਥੇ ਜਾ ਕੇ ਵਾਕ ਕਰ ਸਕਦੇ। ਤੁਸੀਂ ਫੁਨੇਵੀਆ ਲੈ ਕੇ ਥੋੜ੍ਹੇ ਜਿਹੇ ਪੈਸੇ ਖਰਚ ਕੇ ਉੱਪਰ ਆਉਂਗੇ ਤਾਂ ਤੁਹਾਨੂੰ ਇੱਦਾਂ ਦੇ ਸੋਹਣੇ ਸੋਹਣੇ ਵਿਊ ਦਿਸਣਗੇ ਅਤੇ ਇੱਦਾਂ ਦੇ ਆਪ ਬੰਦੇ ਵੀ ਦਿਸਣਗੇ ਜਿਹੜੇ ਘੁੰਮਣ ਡਏ ਆ, ਬਟ ਵਿਊ ਬਹੁਤ ਸੋਹਣੇ ਆ। ਉੱਪਰ ਆ ਕੇ ਜਿੰਨਾ ਤੁਸੀਂ ਘੁੰਮ ਸਕਦੇ ਹੋ ਪੈਦਲ ਉੰਨਾ ਘੁੰਮੋ, ਖੁੱਲ੍ਹੇ ਟਾਈਮ ਦੇ ਨਾਲ ਆਓ, ਖੁੱਲ੍ਹੇ ਦਿਲ ਦੇ ਨਾਲ ਆਓ। ਇਹ ਹੈਗੀ ਆ ਦੂਜੀ ਕੇਬਲ ਕਾਰ, ਇਹ ਕਾਫੀ ਡਰਾਵਨੀ ਆ, ਓਪਨ ਆ ਜਿੱਦਾਂ ਤੁਸੀਂ ਦੇਖ ਸਕਦੇ ਹੋ ਅਤੇ ਕਾਫੀ ਉੱਚਾਈ 'ਤੇ ਆ। ਮੰਮਾ ਹੁਣੇ ਸਾਰੇ ਪਿੱਛੇ ਆ, ਸਾਰਿਆਂ ਲਾਈਨ ਬੰਨੀ ਪਈ ਆ ਅਤੇ ਕਾਫੀ ਖਤਰਨਾਕ ਵੀ ਆ, ਡਰ ਵੀ ਲੱਗਦਾ ਆ ਅਤੇ ਮੀਂਹ ਵੀ ਪੈ ਰਿਹਾ ਆ ਇੱਥੇ। ਜਦੋਂ ਤੁਸੀਂ ਦੂਸਰੀ ਕੇਬਲ ਕਾਰ ਫੜ ਕੇ ਉੱਪਰ ਆਉਂਦੇ ਹੋ ਅਤੇ ਤੁਹਾਨੂੰ ਇਟਲੀ ਦੇ ਸਭ ਤੋਂ ਸੋਹਣੇ ਜਿਹੜੇ ਪਹਾੜ ਨੇ ਡੋਲਮੀਟਿਸ, ਉਹ ਤੁਹਾਨੂੰ ਦਿਸਦੇ ਆ। ਅਤੇ ਅਸੀਂ ਅਗਸਤ ਵਿੱਚ ਗਏ ਸੀਗੇ ਅਤੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਜੈਕਟਸ ਵਗੈਰਾ ਪਏ ਹੋਏ ਨੇ ਕਿਉਂਕਿ ਉੱਪਰ ਠੰਡ ਹੁੰਦੀ ਆ। ਉੱਪਰਲਾ ਅਸੀਂ ਸਾਰਾ ਘੁੰਮ ਲਿਆ ਆ ਅਤੇ ਵੀਡੀਓ 'ਚ ਤੁਹਾਨੂੰ ਵੀ ਦਿਖਾ ਦਿੱਤਾ ਆ ਅਤੇ ਹੁਣ ਆਪਾਂ ਚੱਲੇ ਹਾਂ ਥੱਲੇ। ਮੋਲਵੇ ਨੂੰ ਜਦੋਂ ਵੀ ਆਓ ਇੱਥੇ ਇੰਨੇ ਸਪੋਰਟਸ ਦੀ ਐਕਟੀਵਿਟੀਜ਼ ਆ ਕਰਨ ਲਈ ਕਿ ਪੁੱਛੋ ਨਾ। ਆਹ ਸਪੋਰਟਸ ਤਾਂ ਨਹੀਂ ਗੱਲ, ਪਰ ਅਸੀਂ ਸ਼ਿਪ ਲੈ ਕੇ ਲਾਗੋ ਦਾ ਇੱਕ ਗੇੜਾ ਮਾਰਨ ਚੱਲੇ ਹਾਂ। ਸੋ ਪਾਣੀ ਦੇ ਸੁੱਕਣਾ ਸਾਫ, ਪਾਣੀ ਸਾਫ ਆ ਲਾਗੋ ਦਾ। ਸ਼ਿਪ ਆਪਾਂ ਲੈ ਲਈ ਆ, ਡਰਾਈਵਰ ਸਾਡੇ ਤੋਂ ਹੈਗਾ ਹੈ ਸ਼ਿਪ ਦਾ,
ਤੇ ਅਸੀਂ ਚੱਲੇ ਆ ਗੇੜੀ ਮਾਰਨ। ¿Calda? ¿Calda? ¿Sí? ¿Calda? 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 ਤੁਸੀਂ ਵੀ ਇੱਦਾਂ ਦੀਆਂ ਜਗ੍ਹਾ ਤੇ ਘੁੰਮਣ ਆਓ ਤੇ ਨਵੀਆਂ ਨਵੀਆਂ ਇੱਦਾਂ ਦੀਆਂ ਜਗ੍ਹਾ ਦੇਖਣ ਲਈ ਲਾਈਕ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ। ਆਨੋ ਆ ਸਾਡਾ ਡਰਾਈਵਰ ਕਹਿੰਦਾ ਮੇਰੀ ਵੀਡੀਓ ਰਹਿ ਗਈ। ਹਾਏ ਬਾਏ, ਮਿਲਦੇ ਅਗਲੇ ਵਲੌਗ ਦੇ ਵਿੱਚ।